अमेजिंग टीवी देख रहे सारे दर्शकों अमन चौल वालों सत श्री अकाल दोस्तों मैं फिर हाजिर हाँ जी खट्टिया मिठिया यादा लैके तो अज खट्टिया मिठिया यादा के मैं एक होर बहुत प्यारे जी आर्टिस्टों को लैके आई हाँ। जो भी कोई गीत बनता है वो साढ़े तक पहुँचता है पहला वो लिरिक्स होंगे ने फिर उन्हें उस गीत को आवाज़ मिलती है तो आवाज़ तो लिखे हुए अल्फाज जड़े ने लिखिया हुई कागज़ से वजिया हुई लकीर जड़िया ने उन्होंने और आवाज़ को आपस जो चीज़ जोड़ती है वह म्यूजिक जो किसी भी गीत को म्यूजिक मिल जाता है तो साढ़े रूहों की सुकून रूहों को सुकून दिता है साढ़े दिल तक पहुँचता है तो वह म्यूजिक जोड़े तैयार करते हैं उन्होंने कितनी मेहनत होती है। जो असं कोई गीत टीवी पर चलता वेखते हैं असं वाकई कह दें बहुत सोहना गीत है किन्ना मज़ेदार है जोड़ा गायक हों उन्हों से बहुत नेम फेम मिल जाता है पर असल च उस गीत के पिछे जिंद मेहनत लगी होंगी है वह होंगे ने म्यूजिक डायरैक्टर्स। सो अज साढ़े नाल ने टर्बन बीट्स स्टूडियो तो सो अज गलबात करते हैं उन्होंने नाल तो जानते हैं उन्होंने को कि किसी गीत को म्यूजिक के बंद करना संगीतबद्ध करना कि मुश्किल होंगे और कि मेहनत लगा है। सत श्री अकाल जी। सत श्री अकाल जी। सब तो पहले तो मैं पूछना चाहूँगी टर्बन बीट्स नाम के पिछे की राज है। टर्बन बीट्स इदा ही बस कि आप पग बनते हैं जी बस सरदार हाँ ਤੇ ਉਹ ਚੀਜ਼ ਹੜ ਚ ਹੈਗੀ ਆ ਤੇ ਆਪਾਂ ਉਹੀ ਨੂੰ ਨਾਂ ਰੱਖ ਲਿਆ ਆਪਣਾ ਬਸ ਉਹ ਚੀਜ਼ ਆਪਣੇ ਚ ਹੈਗੀ ਆ ਆਪਾਂ ਉਹਦਾ ਨਾਂ ਸਰਦਾਰੀ ਹੈ ਕੀ ਬਾਤ ਆ ਜੀ ਸਰਦਾਰੀ ਜਿੰਦਾਬਾਦ ਬਾਕੀ ਸਰਦਾਰੀ ਦੀ ਗੱਲ ਕਰਦੇ ਆ ਨਾ ਮਤਲਬ ਉਹ ਮਾਣ ਜਿਹਾ ਮਹਿਸੂਸ ਹੁੰਦਾ ਹੈ ਸੋ ਤੁਸੀਂ ਮਾਣ ਵਾਲਾ ਕੰਮ ਕਰ ਰਹੇ ਹੋ ਜੀ ਗੀਤਾਂ ਨੂੰ ਮਿਊਜ਼ਿਕ ਦੇ ਰਹੇ ਹੋ ਸੋ ਗੁਰਵਿੰਦਰ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਹੁਣ ਤੱਕ ਕਿਹੜੇ ਕਿਹੜੇ ਟਰੈਕ ਕਰ ਚੁੱਕੇ ਹੋ ਔਰ ਕਿਹੜੇ ਕਿਹੜੇ ਗੀਤਾਂ ਨੂੰ ਤੁਸੀਂ ਆਪਣਾ ਮਿਊਜ਼ਿਕ ਦਿੱਤਾ ਟਰੈਕ ਤਾਂ ਕਾਫੀ ਕੀਤੇ ਹੋਏ ਨੇ ਪਰ ਜਿਹੜੇ ਆਪਾਂ ਅੱਗੇ ਆਏ ਨੇ ਕਾਫੀ ਵੱਧ ਕੇ ਅੱਗੇ ਨਿਕਲੇ ਨੇ ਉਹ ਹੈਗੇ ਆ ਕਦੇ ਤਾਂ ਆਵੇਂਗਾ ਰਣਵੀਰ ਦਾ ਆਇਆ ਸੀਗਾ ਅਤੇ ਉਹ ਤੋਂ ਬਾਅਦ ਤਾਰੇ ਲਾਰੇ ਉਹ ਆ ਪਰਸਨਲੀ ਦੀ ਰਾਏ ਦੀ ਬਾਅਦ 'ਚ ਸੀਗਾ ਅਤੇ ਹੁਣ ਉਹ ਆਉਣ ਲੱਗੇ ਟਰੈਕ ਰਣਵੀਰ ਦੇ ਅੱਗੇ ਟਰੈਕ ਆਪਾਂ ਕਰ ਰਹੇ ਸਾਰੇ ਅਤੇ ਗਿਆਰੀ ਭਾਅ ਜੀ ਗਿਆਰੀ ਧਾਲੀਵਾਲ ਜਿਹਨਾਂ ਤੁਸੀਂ ਪਹਿਲੇ ਇੰਟਰਵਿਊ ਕੀਤੀ ਹੋਈ ਆ ਉਹਨਾਂ ਨਾਲ ਵੀ ਆ ਰਹੇ ਸਾਡੇ ਅਤੇ ਬਹੁਤ ਸੋਹਣਾ ਗੁਰਜਾ ਸਿੱਧੂ ਗੁਰਜਾ ਸਿੱਧੂ ਦਾ ਉਹਨਾਂ ਦੇ ਪਹਿਲਾਂ ਵੀ ਆਏ ਸੋਹਣੇ ਗਾਣੇ ਪੀ ਸੀ ਆਰ ਉਹਦੇ ਨਾਲ ਹੋਰ ਆ ਰਹੇ ਨੇ ਟਰੈਕ ਹੁਣ ਸਾਰੇ ਅਗਲੇ ਅਤੇ ਕਾਫੀ ਕਰ ਰਹੇ ਕੰਮ ਰਾਜਾ ਜੀ ਤਾਰਾ ਰਾਣਾ ਤਾਰੇ ਲਾਰੇ ਤਾਰੇ ਲਾਰੇ ਤਾਰੇ ਤੇ ਲਾਰੇ ਸੈਡ ਸੌਂਗ ਤਾਰੇ ਤੇ ਲਾਰੇ ਹਾਂਜੀ ਸੋ ਮੈਂ ਉਹਦੇ ਬੋਲ ਜ਼ਰੂਰ ਸੁਣਨੇ ਚਾਹਾਂਗੀ ਕੱਲੀ ਹੋ ਕੇ ਚੱਲੀ ਹੋਗੀ ਕੱਲੀ ਹੋਣ ਦਾ ਵੀ ਚਾਹ ਸੀ ਨਾ ਭੁਲਾ ਸਕੀ ਕਿਉਂ ਮੈਨੂੰ ਭੁੱਲ ਜਾਣ ਦੀ ਉਂਝ ਸਲਾਹ ਸੀ ਸਾ ਮੇਰੇ ਕੱਢਣ ਵਾਲੀ ਤੋਂ ਸਾ ਆਪਣੇ ਵਾਰੇ ਗਿਣਦਾ ਹਾਂ ਹੁਣੇ ਉਹ ਤਾਰੇ ਗਿਣਦੀ ਹੈ ਮੈਂ ਉਹਦੇ ਲਾਰੇ ਗਿਣਦਾ ਹਾਂ ਹੁਣੇ ਉਹ ਤਾਰੇ ਗਿਣਦੀ ਹੈ ਮੈਂ ਉਹਦੇ ਲਾਰੇ ਗਿਣਦਾ ਹਾਂ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਸੈਡ ਸੌਂਗ ਤਾਂ ਹੈਗਾ ਹੈ ਪਰ ਕਿਤੇ ਨਾ ਕਿਤੇ ਤਾਂ ਮਿਊਜ਼ਿਕ ਇਹਦੀ ਕੰਪੋਜ਼ ਦਿਲ ਨੂੰ ਟੁੰਬ ਜਾਂਦੀ ਹੈ ਨਾ ਮਤਲਬ ਤੁਹਾਡੇ ਦਿਮਾਗ 'ਚ ਕਿੱਦਾਂ ਹੈ ਕਿ ਇਸ ਗੀਤ 'ਤੇ ਅਸੀਂ ਕੰਪੋਜ਼ ਐ ਰੱਖਾਂਗੇ ਐਕਚੁਅਲੀ ਇਹ ਤਾਂ ਕ੍ਰੀਏਟੀਵਿਟੀ ਹੈ ਹੈ ਨਾ ਤਾਂ ਲਿਰਿਕਸ ਦੇ ਨਾਲ ਜਦੋਂ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ ਹੈ ਨਾ ਜਾਂ ਮਿਊਜ਼ਿਕ ਦੇ ਉੱਪਰ ਕੰਮ ਕਰਦੇ ਹਾਂ ਤਾਂ ਇਹ ਉਦੋਂ ਬਣਦੀ ਜਾਂਦੀ ਹੈ ਜੀ ਫੀਲ ਦੇ ਨਾਲ ਹੀ ਆ ਵੈਸੇ ਸਮਝਾ ਸਕਦੇ ਨਹੀਂ ਅਸੀਂ ਕਿਉਂਕਿ ਹਾਂਜੀ 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 ਕਿਉਂਕਿ ਦੇਖਦੀ ਨਹੀਂ ਚੀਜ਼ ਐਕਚੁਅਲੀ ਮਿਊਜ਼ਿਕ ਫੀਲ ਹੀ ਆ ਮਿਊਜ਼ਿਕ ਸਾਰਾ ਦਾ ਸਾਰਾ ਫੀਲ ਹੀ ਹੈ ਤਾਂ ਬਸ ਇਹੋ ਹੀ ਹੈ ਜੀ ਜੀ ਗੁਰਵਿੰਦਰ ਜੀ ਤੁਹਾਡੇ ਤੋਂ ਮੈਂ ਪੁੱਛਣਾ ਚਾਹਾਂਗੀ ਕਿ ਮਿਊਜ਼ਿਕ ਫੀਲ ਹੈ ਔਰ ਜਦੋਂ ਅਸੀਂ ਕਿਸੇ ਵੀ ਗੀਤ ਨੂੰ ਮਿਊਜ਼ਿਕ ਦਿੰਦੇ ਹਾਂ ਕਿਸੇ ਲਿਰਿਕਸ ਨੂੰ ਮਿਊਜ਼ਿਕ ਦੇਣਾ ਹੁੰਦਾ ਹੈ ਉਹਦੇ ਲਈ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ ਵੀ ਇੰਸਟਰੂਮੈਂਟਸ ਕਿੱਦਾਂ ਦੇ ਯੂਜ਼ ਹੋਣਗੇ ਉਸ ਗਾਣੇ 'ਚ ਕਿ ਕਿੱਦਾਂ ਦਾ ਗਾਣਾ ਸੈਡ ਹੈ ਅਤੇ ਉਹ ਜਿਹੇ ਇੰਸਟਰੂਮੈਂਟ ਯੂਜ਼ ਹੋਣਗੇ ਅਤੇ ਬੀਟ ਕਿੱਦਾਂ ਦਾ ਹੋਊਗਾ ਹੁਣ ਹਾਰਡ ਬੀਟ ਆਪਾਂ ਕਿਸੇ ਨਹੀਂ ਦੇ ਸਕਦੇ ਜਾਂ ਸੋਫਟ ਗਾਣਾ ਨੂੰ ਸੋਫਟ ਬੀਟ ਦੇਵਾਂਗੇ ਉਹਨੂੰ ਉੱਦਾਂ ਹੀ ਦੇਵਾਂਗੇ ਬਾਕੀ ਉਹ ਜ਼ਰੂਰੀ ਨਹੀਂ ਹੈ ਕੋਈ ਰੂਲ ਨਹੀਂ ਹੁੰਦਾ ਮਿਊਜ਼ਿਕ 'ਚ ਕਦੇ ਵੀ ਪਹਿਲੀ ਗੱਲ ਤਾਂ ਇਹ ਆ ਹਾਂਜੀ ਬਾਕੀ ਜੋ ਚੱਲ ਰਿਹਾ ਹੁੰਦਾ ਕਿ ਉਹ ਵੀ ਦੇਖਣਾ ਪੈਂਦਾ ਵਾ ਅਤੇ ਕਈ ਵਾਰੀ ਕੁਛ ਆਪਣੀ ਫੀਲ ਆਪਣਾ ਪਸੰਦ ਜੋ ਵੀ ਬਸ ਇੱਦਾਂ ਹੀ ਆ ਇਹ 'ਚ ਕੋਈ ਰੂਲ ਨਹੀਂ ਹੁੰਦਾ ਕੁਛ ਵੀ ਹੋ ਸਕਦਾ ਜਦੋਂ ਤੁਸੀਂ ਮਿਊਜ਼ਿਕ ਕਰਦੇ ਹੋ ਤਾਂ ਆਫਕੋਰਸ ਗੁਣਗੁਣਾਉਂਦੇ ਹੋਵੋਗੇ ਨਾਲ ਨਾਲ ਜ਼ਰੂਰ ਹਾਂਜੀ ਜ਼ਰੂਰ ਗੁਣਗੁਣਾਉਂਦੇ ਹੋ ਕਿ ਮੈਂ ਤੁਹਾਡੇ ਦੋਨਾਂ ਕੋ ਕੁਛ ਸੁਣਨਾ ਚਾਹੁੰਦੀ ਹਾਂ ਚਲੋ ਤੁਹਾਨੂੰ ਕਦੇ ਤਾਂ ਤੂੰ ਐਵੇਂ ਸੁਣਾਉਂਦਾ ਜੀ ਬਿਲਕੁਲ ਜਿਹੜਾ ਇਸ ਟਾਈਮ ਕਾਫੀ ਚੱਲ ਰਿਹਾ ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਘੁਮਾ ਕੇ ਪਿੱਛੇ ਤੱਕਿਆ ਨਾ ਖੜੇ ਰਹਿ ਲਾ ਕੇ ਆਸਾਂ
ਅੱਖੀਆਂ ਨੂੰ ਅੱਡ ਕੇ ਅੱਖੋਂ ਲੈ ਹੋਇਆ ਸੀ ਜਾਵੀ ਵਾਲੇ ਮੋੜ ਤੋਂ ਜਿੰਦ ਜਾਣ ਸੋਹਣਿਆ ਤੂੰ ਲੈ ਗਿਆ ਸੀ ਕੱਢ ਕੇ ਕਦੇ ਤਾਂ ਤੂੰ ਆਵੇਗਾ ਉਸੇ ਹੀ ਚੁਰਾਹੇ ਤੇ ਜਿਹੜੇ ਸੀ ਚੁਰਾਹੇ ਤੇ ਗਿਆ ਸਾਨੂੰ ਛੱਡ ਕੇ। ਬਹੁਤ ਖੂਬ ਜੀ। ਰਾਜ ਜੀ ਇੱਕ ਗੱਲ ਕਹਿਣੀ ਚਾਹੂੰਗੀ ਮੈਂ ਤੁਹਾਨੂੰ ਕਿ ਤੁਹਾਡੀ ਵੋਇਸ, ਤੁਹਾਡਾ ਲਹਿਜ਼ਾ, ਜੇ ਸੰਗੀਤ ਨੂੰ ਅਸੀਂ ਕਹਿੰਦੇ ਨਾ ਕਿ ਰੂਹ ਨੂੰ ਖੁਰਾਕ ਦੇਣ ਵਾਲਾ ਸੰਗੀਤ, ਜਦੋਂ ਬੰਦਾ ਟੈਨਸ਼ਨ 'ਚ ਹੁੰਦਾ ਹੈ, ਜਿਹੜੇ ਪੇਸ਼ੈਂਟ ਡਿਪਰੈਸ਼ਨ 'ਚ ਹੁੰਦੇ ਨੇ, ਮੈਨੂੰ ਲੱਗਦਾ ਕਿ ਰਾਜਾ ਜੀ ਨੂੰ ਸਰਚ ਕਰਕੇ ਇਹਨਾਂ ਦੇ ਗਾਣੇ ਜ਼ਰੂਰ ਸੁਣ ਲਵੋ, ਕਿਉਂਕਿ ਇਹ ਗਾਣੇ ਜਿਹੜੇ ਨਾ ਇਹ ਰੂਹ ਤੱਕ ਜਾਂਦੇ ਨੇ। ਮਤਲਬ ਇੱਕ ਉਹਨਾਂ ਦੇ ਵਿੱਚੋਂ ਇਨਸਾਨ ਸੋਚਦਾ ਹੈ ਕਿ ਸ਼ਾਇਦ ਇਹ ਮੇਰੀ ਜ਼ਿੰਦਗੀ ਦੀ ਗੱਲ ਕਰ ਰਿਹਾ ਹੈ ਬੰਦਾ। ਸੋ ਬਹੁਤ ਮਿੱਠੀ ਜਿਹੀ ਆਵਾਜ਼ ਹੈ, ਬਹੁਤ ਪਿਆਰੀ ਜਿਹੀ ਆਵਾਜ਼ ਹੈ। ਤੁਹਾਡੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਨੇ, ਉਹਨਾਂ ਬਾਰੇ ਜ਼ਰੂਰ ਜਾਣਨਾ ਚਾਹਾਂਗੇ। ਗੈਰੀ ਧਾਲੀਵਾਲ ਦੇ ਨਾਲ ਹੀ ਜਲਦ ਆ ਰਿਹਾ ਭਾਅ ਜੀ ਨਾਲ ਜੋ ਗੋਚੀ ਹੈ ਗਾਣਾ, ਜਲਦੀ ਆ ਜਾਊਗਾ ਮੇਰੇ ਇਹਦਾ ਵੀਡੀਓ ਰੈਡੀ ਆ। ਹਾਂਜੀ ਸਾਰਾ ਕੁਛ ਜੀ। ਫਿਰ ਗੁਰਜਾਤ ਸਿੱਧੂ ਔਰ ਕਰਨ ਔਜਲਾ ਜੀ ਨਾਲ ਆ ਰਿਹਾ PCR ਅਜੇ ਮੈਂ ਡਿਸਾਈਡ ਨਹੀਂ ਕਰ ਲਿਆ ਨਾਮ ਲੈ ਵਾਲਾ ਕਿਹੜਾ ਹੈ ਫਿਲਹਾਲ। ਐਸੀ ਉਹਨੂੰ ਕਹਿੰਦੇ ਕਿ ਮੇਨ ਟਾਈਟਲ ਪਨੀਰ ਵਾਲਾ ਗਾਣਾ ਹੁੰਦਾ ਹੁੰਦਾ ਚੱਲਣ ਵਾਲਾ ਜੀ ਜੀ। ਐਂਡ ਇੱਕ ਸੈਡ ਹੋਰ ਹੈ ਰਣਬੀਰ ਦੇ ਨਾਲ ਹੀ ਹੱਸ ਕੇ ਤੋੜਿਆ ਦਿਲ ਮੇਰਾ ਐਕਚੁਅਲੀ, ਉਹਦਾ ਵੀ ਵੈਸੇ ਨਾਮ ਡਿਸਾਈਡ ਹੀ ਨਹੀਂ ਹੈ ਪਰ ਸੈਡ ਹੀ ਹੈ। ਜਲਦੀ ਆ ਰਹੇ ਬਸ, ਫਸਟ ਆਫ ਆਲ ਤਿੰਨ ਤਾਂ ਆ ਰਹੇ ਆ ਜੀ ਬੈਕ ਟੂ ਬੈਕ। ਐਕਚੁਅਲੀ ਕੀ ਹੁੰਦਾ ਆ ਕਿ ਕੁਛ ਜਿਵੇਂ ਨਵੇਂ ਮੁੰਡੇ ਨੇ ਬਹੁਤ ਸੋਹਣਾ ਮਿਊਜ਼ਿਕ ਦੇ ਰਹੇ ਨੇ, ਹੁਣ ਤੁਸੀਂ ਉਹ ਇੱਕ ਨਵੀਂ ਕ੍ਰੀਏਟ ਕਰ ਰਹੇ ਹੋ ਮਿਊਜ਼ਿਕ ਨੂੰ ਨਾ, ਬਹੁਤ ਪਿਆਰਾ ਪਿਆਰਾ ਮਿਊਜ਼ਿਕ ਬਣਾ ਰਹੇ ਹੋ, ਬਹੁਤ ਸੋਹਣਾ ਮਿਊਜ਼ਿਕ ਬਣਾ ਰਹੇ ਹੋ। ਕੁਛ ਬੰਦੇ ਇੱਦਾਂ ਦੇ ਨੇ ਜਿਹੜੇ ਇਸਟੈਬਲਿਸ਼ ਹੋ ਚੁੱਕੇ ਨੇ ਇੰਡਸਟਰੀ 'ਚ, ਉਹਨਾਂ ਦੇ ਨਾਲ ਕਾਫੀ ਜ਼ਿਆਦਾ ਇੱਕ ਕੰਮ ਅੱਜ ਕੱਲ੍ਹ ਕੰਪੀਟੀਸ਼ਨ ਨਾਲ ਬਹੁਤ ਜ਼ਿਆਦਾ ਚੱਲ ਰਿਹਾ, ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਇੰਡਸਟਰੀ ਦੇ ਵਿੱਚ। ਸਟਰਗਲ ਪੀਰੀਅਡ ਦੇ ਵਿੱਚ ਕਿੰਨੀ ਕੁ ਪ੍ਰੋਬਲਮਸ ਆਉਂਦੀਆਂ ਨੇ, ਕਿੰਨਾ ਕੁ ਸਟਰਗਲ ਕਰਨਾ ਪੈਂਦਾ ਹੈ ਆਪਣੇ ਆਪ ਨੂੰ ਇਸਟੈਬਲਿਸ਼ ਕਰਨ ਦੇ ਲਈ? ਐਕਚੁਅਲੀ ਫਸਟ ਆਫ ਆਲ ਇਹ ਕੰਮ ਨਹੀਂ ਆ, ਇਹ ਕ੍ਰੀਏਟੀਵਿਟੀ ਆ, ਔਰ ਇਹਦੇ ਵਿੱਚ ਕਿਸੇ ਨਾ ਕੋਈ ਕੰਪੀਟੀਸ਼ਨ ਨਹੀਂ ਆ। ਹਰ ਇੱਕ ਇਨਸਾਨ ਜੋ ਇਸ ਇੰਡਸਟਰੀ ਔਰ ਇਸ ਫੀਲਡ ਨਾਲ ਜੁੜਿਆ ਉਹਦੀ ਆਪਣੀ ਸੋਚ, ਉਹਦਾ ਆਪਣਾ ਟੈਲੈਂਟ ਆ, ਔਰ ਹਰ ਇੱਕ ਬਹੁਤ ਸੋਹਣਾ ਕੰਮ ਕਰ ਰਿਹਾ, ਹਰ ਇੱਕ ਦੇ ਆਪਣੇ ਕੰਪੋਜ਼ਿਸ ਆ, ਆਪਣਾ ਮਿਊਜ਼ਿਕ ਕਰਨ ਦਾ ਤਰੀਕਾ, ਔਰ ਅਸੀਂ ਵੀ ਸਾਰਿਆਂ ਨੂੰ ਸੁਣਦੇ ਹਾਂ, ਬੜਾ ਸੋਹਣਾ ਕੰਮ ਕਰਦੇ ਸਾਰੇ। ਤਾਂ ਅਸੀਂ ਵੀ ਉਹਨਾਂ ਦੇ ਨਾਲ ਹੀ ਇੱਕ ਭਰਾਵਾਂ ਦੇ ਨਾਲ ਹੀ ਹੈ ਜਿਹੜੇ ਸਾਰੇ ਇਸ ਲਾਈਨ 'ਚ ਲੱਗੇ ਹੋਏ ਆ, ਅਤੇ ਅਸੀਂ ਵੀ ਬਸ ਕਰਦੇ ਹਾਂ ਸੋਹਣਾ ਕੰਮ ਜੇ ਤੁਹਾਨੂੰ ਪਸੰਦ ਆਏ ਤਾਂ ਬਾਕੀ। ਹਾਂਜੀ, ਕੋਈ ਨਾ ਕੋਈ ਬੰਦੇ ਦਾ ਆਈਡਲ ਹੁੰਦਾ ਹੈ, ਔਰ ਤੁਸੀਂ ਆਪਣਾ ਆਈਡਲ ਕਿੰਨਾ ਨੂੰ ਮੰਨਦੇ ਹੋ, ਔਰ ਤੁਸੀਂ ਫ੍ਰੀ ਟਾਈਮ ਕਿੰਨਾ ਨੂੰ ਸੁਣਨਾ ਪਸੰਦ ਕਰਦੇ? ਆਈਡਲ ਤੁਹਾਨੂੰ ਪਾ ਕੇ ਕਹਾਂਗੇ, ਪੰਜਾਬੀ ਇੰਡਸਟਰੀ ਦੇ ਵਿੱਚ ਜੇ ਲੈ ਕੇ ਚੱਲੀਏ ਤਾਂ ਡਾਕਟਰ ਜੂਸ ਹੋ ਗਿਆ ਆਪਣੇ, ਉਹਨਾਂ ਤੋਂ ਵਧੀਆ ਮੈਨੂੰ ਲੱਗਦਾ ਕਿ ਮੈਂ ਕਿ ਇਹਨਾਂ ਤੋਂ ਵਧੀਆ ਕੰਪੋਜ਼ ਅਤੇ ਉਹਨਾਂ ਵਧੀਆ ਮਿਊਜ਼ਿਕ ਨਹੀਂ ਕੀਤਾ ਸੀ ਕਿਸੇ ਨੇ। ਫਿਰ ਬਸ ਮੈਂ ਉਹਨਾਂ ਨੂੰ ਬੜਾ ਕੀਤਾ ਫੋਲੋ ਸਟਾਰਟਿੰਗ ਤੋਂ ਹੀ, ਬੜਾ ਸੁਣਦਾ ਰਿਹਾ ਉਹਨਾਂ ਨੂੰ, ਅਤੇ ਬਾਕੀ ਉੱਦਾਂ ਤਾਂ ਬਹੁਤ ਨੇ, ਬਾਕੀ ਹੋਲੀਵੁੱਡ ਆ ਜਾਂਦਾ ਮੈਨੂੰ ਉੱਦਾਂ ਜ਼ਿਆਦਾ ਪਸੰਦ ਆ, ਉਹ ਜ਼ਿਆਦਾ ਸੁਣਦਾ ਮਿਊਜ਼ਿਕ, ਅਤੇ ਉਹ ਡੀਜੇ ਸਨੇਹ ਕੋੜੀ ਸਾਹਿਬ ਸਕ੍ਰੀਲੈਕਸ ਹੋਣੀ ਉਹ ਉੱਦਾਂ ਦੀ ਗੱਲ। ਠੀਕ ਹੈ ਜੀ। ਔਰ ਤੁਹਾਡੇ ਜਿਹੜੇ ਪਿੱਛੇ ਬੈਕ ਟੂ ਬੈਕ ਪ੍ਰੋਜੈਕਟ ਗਏ, ਪਿੱਛੇ ਤੁਸੀਂ ਪ੍ਰੋਜੈਕਟ ਕੀਤੇ ਨੇ, ਕਿਹੜੇ ਕਿਹੜੇ ਆਰਟਿਸਟਾਂ ਦੇ ਪ੍ਰੋਜੈਕਟ ਕੀਤੇ ਨੇ ਤੁਸੀਂ, ਕਿਹੜੇ ਕਿਹੜੇ ਸਿੰਗਰਸ ਤੋਂ ਕੀਤੇ ਨੇ? ਗੈਰੀ ਧਾਲੀਵਾਲ ਜੀ ਨਾਲ ਕੀਤਾ ਜੀ, ਗੁਰਜਾਤ ਸਿੱਧੂ ਜੀ ਨਾਲ, ਅਤੇ ਰਣਬੀਰ ਨਾਲ ਹੀ ਜਿਹੜਾ ਸਾਰਿਆਂ ਨੇ ਸੁਣਿਆ। ਇੱਥੇ ਆ ਕੇ ਇਹੀ ਟੀਮ ਸਾਡੀ ਕ੍ਰੀਏਟ ਹੋਈ ਸੀ ਜੀ, ਆਪਾਂ ਜਦੋਂ ਉੱਥੇ ਚੰਡੀਗੜ੍ਹ ਆਏ ਨਾ, ਇਹੀ ਸਾਰੇ ਆਪਾਂ ਇਕੱਠੇ ਹੋਏ ਆ ਕੇ, ਅਤੇ ਆਪਾਂ ਸ਼ੁਰੂ ਹੀ ਆਪਾਂ ਇੱਦਾਂ ਇਕੱਠੇ ਕੀਤਾ। ਮਤਲਬ ਤੁਸੀਂ ਆਪਸ ਵਿੱਚ ਇੱਕ ਫਰੈਂਡ ਸਰਕਲ ਹੀ ਸਟਾਰਟ ਹੋਏ, ਫਰੈਂਡ ਸਰਕਲ ਜੁੜੇ, ਤੁਸੀਂ ਇੱਕ ਟੀਮ ਬਣਾਈ, ਉਹੀ ਟੀਮ ਦੇ ਨਾਲ ਕੰਮ ਸ਼ੁਰੂ ਕੀਤਾ। ਹਾਂਜੀ ਹਾਂ। ਔਰ ਜਿਵੇਂ ਗੈਰੀ ਦਾ ਸੌਂਗ ਕਿਹਾ, ਬਹੁਤ ਹਿੱਟ ਲਾਊਡ ਜੱਟ, ਨੈਕਸਟ ਗੁੱਚੀ, ਤੁਸੀਂ ਸਾਰੇ ਰਲ ਕੇ ਕਰ ਰਹੇ ਹੋ ਪ੍ਰੋਜੈਕਟ, ਬਹੁਤ ਉਮੀਦਾਂ ਨੇ, ਬਹੁਤ ਆਸਾਂ ਨੇ। ਜਿਵੇਂ ਗੁੱਚੀ ਲਾਂਚ ਹੋਣ ਜਾ ਰਿਹਾ, ਤੁਸੀਂ ਤੇ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ, ਕੀ ਉਮੀਦ ਰੱਖਦੇ ਹੋ ਆਪਣੇ ਦਰਸ਼ਕਾਂ? ਅਸੀਂ ਪਿਆਰ ਦੇ ਉਹ ਗਾਣੇ ਨੂੰ ਬਹੁਤ ਬਹੁਤ ਜ਼ਿਆਦਾ, ਬੜਾ ਹੀ ਸੋਹਣਾ ਬੀਟ ਕੀਤਾ, ਬੜੀ ਮਿਹਨਤ ਕੀਤੀ ਆਪਾਂ ਉਹ ਗਾਣੇ 'ਤੇ, ਅਤੇ ਭਾਅ ਜੀ ਨੇ ਬਹੁਤ ਸੋਹਣਾ ਗਾਇਆ ਵੀ ਆ, ਵੀਡੀਓ ਪਰਫੋਰਮ ਬਹੁਤ ਵਧੀਆ ਕੀਤਾ ਸਾਰਿਆਂ ਨੇ, ਅਤੇ ਬੜਾ ਹੀ ਘੈਂਟ ਮਿਊਜ਼ਿਕ ਆ, ਬੇਸ ਵਾਲਾ, ਗੱਡੀਆਂ 'ਚ ਵੱਜਣ ਵਾਲਾ ਵੀ ਆ, ਅਤੇ ਵਿਆਹਾਂ 'ਚ ਵੱਜਣ ਵਾਲਾ ਵੀ ਆ, ਠੀਕ ਨਹੀਂ ਇੱਦਾਂ ਦਾ ਗਾਣੇ ਦਾ, ਭਾਵੇਂ ਗੱਡੀਆਂ ਸੁਣੋ, ਬਹਿ ਕੇ ਮੰਡੀਰ ਸੁਣੇ, ਭਾਵੇਂ ਵਿਆਹਾਂ 'ਚ ਵਜਾਓ ਜੀ। ਕਿਆ ਬਾਤ ਹੈ ਜੀ, ਕਿਆ ਬਾਤ, ਆਲਰਾਊਂਡਰ ਸੌਂਗ ਦੇ ਰਹੇ ਨੇ, ਜਿੱਥੇ ਮਰਜ਼ੀ ਵਜਾ ਲਓ ਉਹਨੂੰ, ਕਿਆ ਬਾਤ ਹੈ ਜੀ। ਓਕੇ, ਤੁਹਾਡੀ ਬੈਕਗ੍ਰਾਉਂਡ ਬਾਰੇ ਜਾਣਨਾ ਚਾਹਾਂਗੀ ਥੋੜ੍ਹਾ ਥੋੜ੍ਹਾ ਮੈਂ। ਜ਼ਰੂਰ, ਅਸੀਂ ਬਟਾਲੇ ਤੋਂ ਬਿਲੋਂਗ ਕਰਦੇ ਹਾਂ। ਠੀਕ ਹੈ ਜੀ। ਐਂਡ ਨੇਬਰਹੁੱਡ ਫਰੈਂਡ ਹੀ ਹਾਂ। ਓਕੇ। ਹਾਂਜੀ, ਅਤੇ ਸ਼ੁਰੂ ਤੋਂ ਬਸ ਇਕੱਠੇ ਹੀ ਹਾਂ, ਅਤੇ ਇਸ ਫੀਲਡ ਵਿੱਚ ਆ ਗਏ, ਲੱਗਾ ਕਿ ਬਸ ਕ੍ਰੀਏਟੀਵਿਟੀ ਮਾਇੰਡ ਹੀ ਦੋਨਾਂ ਦੇ ਲੱਗਾ ਕਿ ਹਾਂਜੀ ਜਿੱਦਾਂ ਹੁੰਦਾ ਐਵੇਂ ਜਿੰਨੀ ਕੀਤੀ ਆ, ਬੜੀ ਮਿਹਨਤ ਕੀਤੀ, ਪੜ੍ਹਾਈ 'ਚ ਵੀ ਕੀਤੀ, ਪਰ ਨਹੀਂ ਉਹੀ ਆਪਾਂ ਲੱਗਦਾ ਨਹੀਂ ਸੀ ਕਿ ਆਪਾਂ ਕਿਸੇ ਵੇਲੇ ਕੰਮ ਕਰ ਸਕਦੇ ਹਾਂ ਜਾਂ ਜੋਬ ਕਰ ਸਕਦੇ ਨਹੀਂ, ਮਤਲਬ ਉੱਥੇ ਡਰਬਨ ਬੀਟਸ ਜਿਹੜੇ ਸੀਗੇ ਉਹਨਾਂ ਨੇ ਸੋਚਿਆ ਵੀ ਜੇ ਮਤਲਬ ਜਿਹੜੀ ਸਰਦਾਰੀ ਆ ਨਾ ਉਹ
ਕਾਇਮ ਚਾਹੀਦੀ ਹੈ, ਜ਼ਿੰਦਾਬਾਦ ਚਾਹੀਦੀ ਹੈ। ਅਸੀਂ ਕਿਸੇ ਦੇ ਥੱਲੇ ਕੰਮ ਨਹੀਂ ਕਰਨਾ ਨਾ, ਲੋਕੀ ਸਾਡੇ ਥੱਲੇ ਕੰਮ ਕਰਨ। ਕੀ ਬਾਤ ਹੈ, ਮਾਝੇ ਵਾਲਿਆਂ ਨੇ ਕੰਟਰੈਕਟ ਕੀਤਾ ਹੋਇਆ ਮਿਊਜ਼ਿਕ ਇੰਡਸਟਰੀ ਨੂੰ ਸਟਾਰਸ ਦੇਣ ਦਾ। ਕੀ ਬਾਤ ਹੈ, ਕੀ ਬਾਤ ਹੈ। ਸੋ ਇਹ ਸੀ ਸਾਡੇ ਨਾਲ ਮਿਊਜ਼ਿਕ ਡਾਇਰੈਕਟਰ ਟਰਬਨ ਬੀਟਸ ਚੰਡੀਗੜ੍ਹ ਤੋਂ। ਸੋ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਮਿਊਜ਼ਿਕ ਬਾਰੇ ਜਾਣਿਆ, ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਿਆ। ਸੋ ਇੱਦਾਂ ਹੀ ਕਿਸੇ ਨਵੇਂ ਫਨਕਾਰ, ਕਿਸੇ ਨਵੇਂ ਕਲਾਕਾਰ, ਕਿਸੇ ਨਵੇਂ ਆਰਟਿਸਟ ਦੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।